ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੇ ਤੁਹਾਡੇ ਵੀਰਾਂ ਭਰਾਵਾਂ ਗਾੜੀ ਬੇਨਤੀ ਕਰਦਾ ਹਾਂ, ਆਹ ਵੇਖੋ ਅੱਗੇ ਵੀ ਮੈਂ ਤੁਹਾਨੂੰ ਵੀਡੀਓ ਪਹਿਲਾਂ ਵੀ ਬੇਨਤੀ ਕੀਤੀ ਆ ਵੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕੀਤੀ ਜਾਵੇ ਅਤੇ ਮੇਰੀ ਮਦਦ ਕੀਤੀ ਜਾਵੇ। ਆਹ ਵੇਖੋ ਮੇਰੇ ਮਾਮੇ ਸਹੁਰੇ ਵੱਲੋਂ ਅਤੇ ਮੇਰੀ ਸੱਸ ਵੱਲੋਂ ਕਿੰਨਾ ਧੱਕਾ ਹੋਣ ਡਿਆ, ਬੇਇਨਸਾਫੀ ਹੋਣ ਡੀ ਜੀ। ਆਖੋ ਬੱਚੇ ਨੂੰ ਨਿਗੇ ਜਿਹਨੂੰ ਇੱਕ ਨਾਲ ਲੈ ਕੇ ਆਉਣਾ ਪੈਣ ਡਿਆ ਜੀ। ਮੰਡੀ ਵਿੱਚ ਆਇਆ ਜੀ, ਮੈਂ ਮੰਡੀ ਵਿੱਚ ਆਇਆ ਜੀ। ਆਹ ਵੇਖੋ ਸਵੇਰੇ 3 ਵਜੇ ਦਾ ਟਾਈਮ ਜੇ, ਮੰਡੀ ਵਿੱਚ ਗੋਭੀ ਲਾਉਣ ਆਇਆ ਜੇ ਅਤੇ ਬੱਚੇ ਨੂੰ ਨਾਲ ਲਿਆਉਣਾ ਪੈਣ ਡਿਆ ਵਾ। ਸੱਸ ਮੇਰੀ ਵਾਈਫ ਨੂੰ ਲੈ ਗਈ ਆ, 6 ਮਹੀਨੇ ਹੋ ਗਏ ਭੇਜਣ ਨਹੀਂ ਡਈ, ਪਤਾ ਨਹੀਂ ਕਿੱਥੇ ਗੈਪ ਕਰਤੀ ਜੀ ਉਹਨਾਂ ਨੇ। ਬੜੇ ਮਿੰਨਤਾਂ ਤਰਲੇ ਮਾਰੇ ਇਹਨਾਂ ਦੇ, ਮੈਂ ਘਰ ਜਾ ਕੇ ਬਹੁਤ ਮਿੰਨਤਾਂ ਤਰਲੇ ਮਾਰੇ ਇਹਨਾਂ ਦੇ ਘਰ ਜਾ ਕੇ ਮੈਂ। ਅਤੇ ਮੇਰੇ ਮਾਮੇ ਸਹੁਰੇ ਨੇ ਜਿਹੜਾ ਰੋਸੀ ਆ ਬਟਾਲੇ ਸਬਜ਼ ਮੰਡੀ ਫਰੂਟ ਦਾ ਕੰਮ ਕਰਦਾ, ਉਹਨੇ ਤਾਂ ਮੇਰੀ ਸੱਸ ਨੇ ਆਉਣ ਨਹੀਂ ਦਿੱਤੀ। ਹੁਣ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਵਾ, ਕੀ ਕਿੱਥੇ ਘਲਤੀ ਆ, ਦੱਸਣ ਨਹੀਂ ਡੇ ਅਤੇ ਮੇਰੀ ਮਦਦ ਕੀਤੀ ਜਾਵੇ। ਆਹ ਵੇਖੋ ਮੰਡੀ ਵਿੱਚ ਮੈਂ ਆਇਆ ਜੀ ਗੋਭੀ ਲਾਉਣ ਵਾਸਤੇ, ਗੋਭੀ ਲੋਡ ਕੀਤੀ ਰਾਤ ਦੀ ਟੈਂਪੂ 'ਚ। 3 ਵਜੇ ਦਾ ਟਾਈਮ ਆ, 3 ਵਜੇ ਦਾ ਆਇਆ ਜੇ ਲਾਉਣ। ਆਹ ਵੇਖੋ 3 ਵਜੇ ਦਾ ਆਇਆ ਜੇ ਸਵੇਰ ਦਾ ਲਾਉਣ ਅਤੇ ਬੱਚੇ ਨੂੰ ਨਾਲ ਲਿਆਇਆ ਜੇ। ਮੇਰੀ ਮਦਦ ਕੀਤੀ ਜਾਵੇ ਅਤੇ ਇਹਨਾਂ ਦੇ ਬਰਖਿਲਾਫ਼ ਕਾਰਵਾਈ ਕੀਤੀ ਜਾਵੇ। ਰੋਸੀ ਜਿਹੜਾ ਬਟਾਲੇ ਦਾ ਸਬਜ਼ੀ ਮੰਡੀ ਕੰਮ ਕਰਦਾ ਫਲਾਂ ਦਾ, ਗਾਉਂ ਸਪਰੇ ਦਾ ਰਹਿਣ ਵਾਲਾ ਜੇ, ਰੋਸੀ ਇਹਦਾ ਨਾਂ ਜੇ, ਇਹਨਾਂ ਨੇ ਮੇਰੇ ਨਾਲ ਧੱਕਾ ਕੀਤਾ। ਤੈਨੂੰ 6 ਮਹੀਨੇ ਹੋ ਗਏ ਲੈ ਗਏ ਆ ਅਤੇ ਉਹ ਭੇਜਣ ਨਹੀਂ ਡੇ, ਦੇਣਾ ਪਤਾ ਨਹੀਂ ਕਿੱਥੇ ਪੈਸੇ ਲੈ ਕੇ ਘਲਤੀ ਹੈ। ਇੱਦਾਂ ਦੇ ਕੰਮ ਕਰਦੇ, ਅੱਗੇ ਵੀ ਇਹਨਾਂ ਨੇ ਇੱਕ ਕੁੜੀ ਦਾ 2 ਵਾਰੀ ਤਲਾਕ ਕਰਾ ਕੇ ਉਹਨਾਂ ਕੋਲ ਪੈਸੇ ਲੈ ਕੇ ਅਤੇ 3ਜੀ ਥਾਂ ਕੁੜੀ ਘੱਲੀ ਜੀ ਇਹਨਾਂ ਨੇ। ਅਤੇ ਇਹਨਾਂ ਨੇ ਹੁਣ ਮੇਰੇ ਨਾਲ ਵੀ ਇੱਦਾਂ ਕੀਤਾ ਕਿ ਛੋਟਾ ਜਿਹਾ ਮੇਰੇ ਨਾਲ ਬੱਚਾ ਜੀ ਇੱਕ 9 ਸਾਲ ਦਾ, ਮੈਂ ਇਕੱਲਾ ਘਰ ਰਹਿਣ ਡਿਆ ਵਾਂ, ਮੇਰੇ ਘਰ ਕਿਸੇ ਦੀ ਦਖਲਦਾਰੀ ਨਹੀਂ ਆ ਅਤੇ ਮੇਰੇ ਨਾਲ ਬਹੁਤ ਬੇਇਨਸਾਫੀ ਹੋਣ ਡੀ ਆ, ਧੱਕਾ ਹੋਣ ਡਿਆ ਵਾ। ਮੈਂ ਪ੍ਰੈਸ ਵਾਲੇ ਵੀਰਾਂ ਗਾਰੀ ਵੀ ਬੇਨਤੀ ਕਰਦਾ ਹਾਂ ਅਤੇ ਮੇਰੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਅਤੇ ਜਥੇਬੰਦੀਆਂ ਗਾੜੀ ਵੀ ਹੱਥ ਜੋੜ ਕੇ ਅਪੀਲ ਕਰਦਾ ਹਾਂ, ਮੇਰੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਅਤੇ ਇਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ 'ਤੇ ਪਰਚੇ ਦਰਜ ਕੀਤੇ ਜਾਣ ਮੇਰੇ ਸਹੁਰੇ ਪਰਿਵਾਰ 'ਤੇ ਅਤੇ ਮੇਰੇ ਜਿਹੜਾ ਮਾਮਾ ਸਹੁਰਾ ਬਟਾਲੇ ਦਾ ਰਹਿਣ ਵਾਲਾ ਰੋਸੀ ਫਲਾਂ ਦਾ ਕੰਮ ਕਰਦਾ, ਕਿ ਮੰਡੀ 'ਚ ਮੈਂ ਲਾਉਣ ਆਇਆ ਜੇ ਅਤੇ ਕਿੰਨਾ ਔਖਾ ਜੇ ਬੱਚੇ ਵਾਸਤੇ ਅਤੇ ਮੇਰੇ ਵਾਸਤੇ ਵੀ, ਅਤੇ ਇਹਨੂੰ ਸਕੂਲੇ ਵੀ ਭੇਜਣਾ, ਮੁੜ ਕੇ ਕੰਮ ਵੀ ਘਰ ਦਾ ਸਾਰਾ ਕਰਨਾ, ਫਿਰ ਕੰਮ 'ਤੇ ਜਾਣਾ, ਮਿਹਨਤ ਮਜ਼ਦੂਰੀ ਵਾਲਾ ਵੇਖੋ ਮੈਂ ਬੰਦਾ ਜੇ। ਅਤੇ ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਮੇਰੇ ਮਾਮੇ ਸਹੁਰੇ ਦੇ ਅਤੇ ਮੇਰੇ ਸੱਸ 'ਤੇ, ਖਾਸ ਕਰਕੇ ਇਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਹਨਾਂ ਨੇ ਮੇਰਾ ਘਰ ਜਾੜ ਕੇ ਰੱਖਤਾ ਅਤੇ ਇੱਕ ਬੱਚਾ ਨਿਗਾਹ ਜਾ ਮੇਰੇ ਕੋਲ ਜੇ। ਆਖੋ ਤੁਹਾਡੇ ਗਾੜੀ ਹੱਥ ਜੋੜ ਕੇ ਸਾਰਿਆਂ ਗਾੜੀ ਬੇਨਤੀ ਆ, ਪ੍ਰੈਸ ਵਾਲੇ ਵੀਰਾਂ ਗਾੜੀ ਵੀ, ਰਿਪੋਰਟਰਾਂ ਗਾੜੀ ਵੀ, ਮੇਰੀ ਖਬਰ ਲਾਈ ਜਾਵੇ ਅਤੇ ਮੇਰੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।